प्यारे बच्चों प्यार भरी सत श्री अकाल स्वागत जिंदगी 5 ਵਿੱਚ ਅੱਜ ਤੁਹਾਡਾ ਫੇਰ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਕਰਾਂਗੇ ਪਾਠ ਸਰਤ ਸਹਿਯੋਗ ਮਦਦ ਕਰੋ ਚੰਗੇ ਬਣੋ ਭਾਗ ਉੜਾ ਬੱਚਿਓ ਅੱਜ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਵਾਂਗੀ ਤੁਸੀਂ ਮੇਰੇ ਨਾਲ ਕਹਾਣੀ ਸੁਣਨੀ ਵੀ ਹੈ ਪੜ੍ਹਨੀ ਵੀ ਹੈ ਅਤੇ ਕਹਾਣੀ ਸੁਣ ਕੇ ਇਸ ਦੀ ਸਿੱਖਿਆ ਨੂੰ ਅਪਣਾਉਣਾ ਵੀ ਹੈ ਠੀਕ ਹੈ ਬੱਚਿਓ ਸ਼ੁਰੂ ਕਰਦੇ ਹਾਂ ਇੱਕ ਪਿਤਾ ਨੇ ਆਪਣੇ ਦੋ ਪੁੱਤਰਾਂ ਨੂੰ ਕਿਹਾ ਕਿ ਮੈਂ ਵੇਖਣਾ ਚਾਹੁੰਦਾ ਹਾਂ ਕਿ ਤੁਹਾਡੇ ਵਿੱਚੋਂ ਚੰਗਾ ਕਿਹੜਾ ਹੈ ਇਸ ਕੰਮ ਲਈ ਮੈਂ ਤੁਹਾਨੂੰ 1 ਸਾਲ ਦਾ ਸਮਾਂ ਦਿੰਦਾ ਹਾਂ ਇਸ ਸਾਲ ਦੌਰਾਨ ਤੁਸੀਂ ਚੰਗੇ ਕੰਮ ਕਰਨੇ ਹਨ ਸਾਲ ਬਾਅਦ ਮੈਂ ਵੇਖਣਾ ਹੈ ਕਿ ਤੁਸੀਂ ਕਿਹੜੇ-ਕਿਹੜੇ ਕੰਮ ਕੀਤੇ ਸਨ ਉਹਨਾਂ ਕੰਮਾਂ ਤੋਂ ਤੁਹਾਡੀ ਚੰਗਿਆਈ ਦਾ ਪਤਾ ਲੱਗੇਗਾ ਦੋਵੇਂ ਪੁੱਤਰ ਆਪਣੇ ਪਿਤਾ ਜੀ ਤੋਂ ਅਗਿਆ ਲੈ ਕੇ ਆਪਣੇ-ਆਪਣੇ ਕੰਮ ਕਰਨ ਲਈ ਤੁਰ ਪਏ ਵੱਡੇ ਬੱਚੇ ਨੇ ਸੋਚਿਆ ਕਿ ਮੈਂ ਬਹੁਤ ਪੈਸਾ ਕਮਾਵਾਂਗਾ ਮੇਰਾ ਕਮਾਇਆ ਪੈਸਾ ਵੇਖ ਕੇ ਪਿਤਾ ਜੀ ਬਹੁਤ ਖੁਸ਼ ਹੋਣਗੇ ਤੇ ਮੈਨੂੰ ਉਹ ਮੇਰੇ ਭਰਾ ਤੋਂ ਚੰਗਾ ਹੋਣ ਦਾ ਖਿਤਾਬ ਦੇਣਗੇ ਉਸਨੇ ਇੱਕ ਹੱਟੀ ਪਾ ਲਈ ਤੇ ਸ਼ਹਿਰੋਂ ਸਸਤਾ ਮਾਲ ਲਿਆ ਕੇ ਮਹਿੰਗੇ ਭਾਅ ਵੇਚਦਾ ਰਿਹਾ ਇੱਕ ਸਾਲ ਵਿੱਚ ਉਸਨੇ ਚੰਗਾ ਪੈਸਾ ਕਮਾ ਲਿਆ ਛੋਟਾ ਬੇਟਾ ਖਾਲੀ ਹੱਥ ਜੰਗਲ ਨੂੰ ਤੁਰ ਪਿਆ ਉਹ ਸ਼ਾਮ ਤੱਕ ਤੁਰਦਾ ਗਿਆ ਰਸਤੇ ਵਿੱਚ ਉਸਨੂੰ ਇੱਕ ਬੁੱਢਾ ਤੇ ਬੁੱਢੀ ਮਿਲੇ ਉਹ ਦੋਵੇਂ ਰੋ ਰਹੇ ਸਨ ਬਾਬਾ ਜੀ ਤੁਸੀਂ ਕਿਉਂ ਰੋ ਰਹੇ ਹੋ? ਮੁੰਡੇ ਨੇ ਪਿਆਰ ਨਾਲ ਬੁੱਢੇ ਤੇ ਬੁੱਢੀ ਨੂੰ ਪੁੱਛਿਆ। ਜ਼ਹਿਰੀਲੇ ਸੱਪ ਦੇ ਡਸਣ ਕਰਕੇ ਸਾਡੇ ਨੌਜਵਾਨ ਬੇਟੇ ਦੀ ਮੌਤ ਹੋ ਗਈ ਹੈ। ਸਾਡਾ ਇੱਕੋ ਇੱਕ ਸਾਰਾ ਚਲਾ ਗਿਆ। ਹੁਣ ਅਸੀਂ ਭੁੱਖੇ ਮਰ ਜਾਵਾਂਗੇ। ਬੁੱਢਾ ਉੱਚੀ-ਉੱਚੀ ਰੋਣ ਲੱਗ ਪਿਆ। ਬਾਬਾ ਜੀ ਤੁਸੀਂ ਰੋਵੋ ਨਾ। ਮੈਨੂੰ ਆਪਣਾ ਪੁੱਤਰ ਹੀ ਸਮਝੋ। ਮੈਂ ਤੁਹਾਡੀ ਮਦਦ ਕਰਾਂਗਾ। ਉਹ ਮੁੰਡਾ ਬੁੱਢਾ ਬੁੱਢੀ ਨੂੰ ਉਹਨਾਂ ਦੇ ਘਰ ਲੈ ਗਿਆ। ਪੂਰਾ ਸਾਲ ਉਹ ਖੁਦ ਉਹਨਾਂ ਦੀ ਫਸਲ ਵਾੜੀ ਵੇਖਦਾ ਰਿਹਾ ਜਦੋਂ ਫਸਲ ਪੱਕ ਗਈ ਤਾਂ ਦਾਣੇ ਕੱਢ ਕੇ ਉਹਨਾਂ ਦੇ ਘਰ ਸੁੱਟ ਦਿੱਤੇ ਉਸ ਨੂੰ ਯਾਦ ਆਇਆ ਕਿ ਮੈਂ ਤਾਂ ਸਾਲ ਬਾਅਦ ਆਪਣੇ ਪਿਤਾ ਜੀ ਨੂੰ ਮਿਲਣਾ ਸੀ ਉਹ ਬੁੱਢਾ ਤੇ ਬੁੱਢੀ ਨੂੰ ਅਗਲੀ ਫਸਲ ਬੀਜਣ ਤੱਕ ਮੁੜ ਆਉਣ ਦਾ ਕਹਿ ਕੇ ਆਪਣੇ ਪਿੰਡ ਵੱਲ ਚੱਲ ਪਿਆ ਉਹਨਾਂ ਦੇ ਪਿਤਾ ਨੇ ਸ਼ਾਮ ਨੂੰ ਦੋਵਾਂ ਪੁੱਤਰਾਂ ਨੂੰ ਇਕੱਠੇ ਕਰਕੇ ਉਹਨਾਂ ਦੁਆਰਾ ਕੀਤੇ ਕੰਮਾਂ ਬਾਰੇ ਪੁੱਛਿਆ ਵੱਡੇ ਪੁੱਤਰ ਨੇ ਦੱਸਿਆ ਕਿ ਮੈਂ ਇੱਕ ਦੁਕਾਨ ਪਾ ਲਈ ਸੀ ਤੇ ਹੁਣ ਬਹੁਤ ਸਾਰਾ ਪੈਸਾ ਕਮਾ ਲਿਆ ਹੈ। ਛੋਟੇ ਪੁੱਤਰ ਨੇ ਕਿਹਾ ਪਿਤਾ ਜੀ ਮੈਂ ਕੋਈ ਵੀ ਪੈਸਾ ਨਹੀਂ ਕਮਾਇਆ। ਮੈਨੂੰ ਰਸਤੇ ਵਿੱਚ ਇੱਕ ਬੁੱਢਾ ਤੇ ਬੁੱਢੀ ਰੋਂਦੇ ਹੋਏ ਮਿਲੇ ਸਨ। ਮੈਨੂੰ ਉਹ ਆਪਣੇ ਹੀ ਮਾਤਾ ਪਿਤਾ ਦਾ ਰੂਪ ਜਾਪੇ। ਮੈਂ ਉਹਨਾਂ ਦੀ ਜਾਨ ਬਚਾ ਕੇ ਉਹਨਾਂ ਦੀਆਂ ਦੁਆਵਾਂ ਅਸੀਸਾਂ ਜ਼ਰੂਰ ਕਮਾ ਲਈਆਂ ਹਨ। ਪਿਤਾ ਜੀ ਛੋਟੇ بیٹے ਤੋਂ ਬਹੁਤ ਖੁਸ਼ ਹੋਏ। ਉਹਨਾਂ ਨੇ ਕਿਹਾ ਬੇਟਾ ਜੀ ਪੈਸੇ ਤਾਂ ਸਾਰਾ ਜੱਗ ਹੀ ਕਮਾਰਿਆ ਹੈ। ਪਰ ਅਸਲ ਕਮਾਈ ਤਾਂ ਤੁਹਾਡੀ ਚੰਗਿਆਈ ਹੈ ਛੋਟੇ ਨੇ ਚੰਗਾ ਕੰਮ ਕਰਕੇ ਜੋ ਜਸ ਖਟਿਆ ਹੈ ਇਹ ਸਭ ਕਮਾਈਆਂ ਤੋਂ ਉੱਪਰ ਅਤੇ ਵੇਸ਼ ਕੀਮਤੀ ਹੈ ਇਸ ਤਰ੍ਹਾਂ ਛੋਟੇ ਕੋਲ ਵੱਡੇ ਨਾਲੋਂ ਵੱਧ ਚੰਗਿਆਈ ਹੈ ਇਹ ਚੰਗਾ ਹੈ ਫਿਰ ਪਿਤਾ ਜੀ ਨੇ ਵੱਡੇ ਦੇ ਸਿਰ ਉੱਪਰ ਹੱਥ ਰੱਖਦੇ ਆ ਕਿਹਾ ਪੁੱਤਰ ਜੀ ਤੁਸੀਂ ਵੀ ਆਪਣੇ ਛੋਟੇ ਭਰਾਵਾਂ ਚੰਗੇ ਕੰਮ ਕਰਨੇ ਹਨ ਤੇ ਉਸ ਵਾਂਗ ਹੀ ਚੰਗਾ ਬਣ ਕੇ ਦਿਖਾਉਣਾ ਹੈ ਬੱਚਿਓ ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਸਾਨੂੰ ਪੈਸੇ ਨੂੰ ਇਮਹਿਆਤ ਜ਼ਿਆਦਾ ਨਹੀਂ ਦੇਣੀ ਚਾਹੀਦੀ ਸਾਨੂੰ ਚੰਗੇ ਬਣਨਾ ਚਾਹੀਦਾ ਹੈ ਦੂਸਰੇ ਦਾ ਸਹਿਯੋਗ ਕਰਨਾ ਚਾਹੀਦਾ ਹੈ ਮਦਦ ਕਰਨੀ ਚਾਹੀਦੀ ਹੈ ਤੇ ਵੱਡਿਆਂ ਤੋਂ ਸਿੱਖਿਆ ਗ੍ਰਹਿਣ ਕਰਦੇ ਰਹਿਣਾ ਚਾਹੀਦਾ ਹੈ ਤੇ ਵੱਡਿਆਂ ਦਾ ਆਦਰ ਸਤਕਾਰ ਕਰਦੇ ਰਹਿਣਾ ਚਾਹੀਦਾ ਠੀਕ ਹੈ ਉਹ ਦੇਖੋ ਛੋਟੇ ਬੱਚੇ ਨੇ ਉਹ ਬੁੱਢਾ ਬੁੱਢੀ ਦਾ ਕਿੰਨਾ ਆਦਰ ਸਤਕਾਰ ਕੀਤਾ ਠੀਕ ਹੈ ਜਦੋਂ ਬਜ਼ੁਰਗ ਹੋ ਜਾਂਦੇ ਆ ਸਾਡੇ ਮਾਤਾ ਪਿਤਾ ਸਾਡੇ ਦਾਦਾ ਦਾਦੀ ਉਹਨਾਂ ਦੀ ਸਿਹਤਾਂ ਕਰਦੇ ਰਹਿਣਾ ਸਾਡਾ ਫਰਜ਼ ਬਣਦਾ ਹੈ ਠੀਕ ਹੈ ਹੁਣ ਅਸੀਂ ਕਰਦੇ ਆ ਭਾਗ ਅ ਇਹਦਾ ਮੈਂ ਕਿਵੇਂ ਮਦਦ ਕਰਦਾ ਹਾਂ ਠੀਕ ਹੈ ਇਸ ਵਿੱਚ ਮੈਂ ਇੱਕ ਤੁਹਾਨੂੰ ਇਹਦੇ ਵਿੱਚ ਲਿਖੀ ਹੋਈ ਨਿੱਕੀ ਜੀ ਕਹਾਣੀ ਹੈ ਜੋ ਕਿ ਇੱਕ ਹੱਡ ਬਿੱਤੀ ਦੀ ਤਰ੍ਹਾਂ ਇਸ ਵਿੱਚ ਲਿਖੀ ਗਈ ਹੈ ਉਹ ਤੁਹਾਡੇ ਨਾਲ ਮੈਂ ਸਾਂਝੀ ਕਰਦੀ ਹਾਂ ਹੁਣ ਤੁਸੀਂ ਸੁਣੋ ਇਹ ਵੀ ਇਹ ਵੀ ਸੁਣ ਕੇ ਆਪਣੇ ਜੀਵਨ ਵਿੱਚ ਤੁਸੀਂ ਅਪਣਾਓਗੇ ਮੈਨੂੰ ਆਸ ਹੈ ਮੈਨੂੰ ਪ੍ਰਾਇਮਰੀ ਸਕੂਲ ਵਿੱਚ ਪੜਾਉਂਦੇ ਆ 2 3 ਦਿਨ ਹੀ ਹੋਏ ਸਨ ਹੁਣ ਸਰਦੀ ਦੀ ਰੁੱਤ ਅਲਵਿਦਾ ਆਖ ਰਹੀ ਸੀ ਇੱਕ ਦਿਨ ਬਹੁਤ ਜ਼ਿਆਦਾ ਮੀਂਹ ਪਿਆ ਤੇ ਦੁਬਾਰਾ ਠੰਡ ਹੋ ਗਈ ਅਸੀਂ ਬਿਨਾਂ ਕੋਟੀਆਂ ਵਾਲੇ ਬੱਚੇ ਖੜੇ ਕਰ ਲਏ ਜਿਹੜੇ ਬੱਚੇ ਕੋਟੀਆਂ ਨਹੀਂ ਪਾ ਕੇ ਆਏ ਸਨ ਉਹ ਕੋਟੀਆਂ ਪਾ ਕੇ ਆਉਣ ਲਈ ਘਰ ਭੇਜ ਦਿੱਤੇ। ਦੋ ਕੁੜੀਆਂ ਅਜੇ ਵੀ ਖੜੀਆਂ ਸਨ। "ਬੇਟਾ ਤੁਸੀਂ ਵੀ ਘਰ ਜਾ ਕੇ ਕੋਟੀਆਂ ਪਾ ਕੇ ਆਓ," ਮੈਂ ਕਿਹਾ। "ਸਾਡੇ ਕੋਲ ਹੈ ਨਹੀਂ ਸਰ ਜੀ।" "ਕੋਈ ਗੱਲ ਨਹੀਂ। ਜੇ ਵਰਦੀ ਵਾਲੀ ਨਹੀਂ ਤਾਂ ਕੋਈ ਹੋਰ ਪਾਓ," ਮੈਂ ਫੇਰ ਕਿਹਾ। "ਸਾਡੇ ਕੋਲ ਕੋਈ ਵੀ ਨਹੀਂ।" ਦੋਵਾਂ ਵਿੱਚੋਂ ਇੱਕ ਕੁੜੀ ਬੋਲੀ, "ਬੇਟਾ, ਤੁਸੀਂ ਸਾਰਾ ਸਾਲ ਇਸੇ ਤਰ੍ਹਾਂ ਆਉਂਦੀਆਂ ਰਹੀਆਂ।" ਉਹ ਕੁੜੀਆਂ ਵੱਡੇ ਛਾਲਾਂ ਦੀਆਂ ਬੁਕਲਾਂ ਇਸ ਤਰ੍ਹਾਂ ਮਾਰ ਲੈਂਦੀਆਂ ਸਨ ਕਿ ਇਹ ਨਜ਼ਰ ਨਹੀਂ ਆਉਂਦਾ ਸੀ ਕਿ ਕੋਟੀ ਪਾਈ ਹੋਈ ਹੈ ਜਾਂ ਨਹੀਂ ਉਹਨਾਂ ਬੱਚੀਆਂ ਨੇ ਨੀਵੀਂ ਪਾ ਲਈ ਮੈਂ ਫਿਰ ਪੁੱਛਿਆ ਬੇਟਾ ਤੁਸੀਂ ਸਾਰਾ ਸਾਲ ਇੰਜ ਹੀ ਕੱਢ ਦਿੱਤਾ ਪਹਿਲਾਂ ਕਿਉਂ ਨਾ ਦੱਸਿਆ ਮੇਰਾ ਮਨ ਬੜਾ ਦੁਖੀ ਹੋਇਆ ਅਗਲੇ ਦਿਨ ਮੈਂ ਉਹਨਾਂ ਕੁੜੀਆਂ ਨੂੰ ਸਭ ਤੋਂ ਸੋਹਣੀਆਂ ਦੋ ਕੋਟੀਆਂ ਲਿਆ ਕੇ ਦੇ ਦਿੱਤੀਆਂ ਕੁੜੀਆਂ ਨੂੰ ਦਫ਼ਤਰ ਬੁਲਾ ਕੇ ਕਿਹਾ ਲਓ ਪੁੱਤਰ ਹੁਣ ਮੈਂ ਤੁਹਾਡੇ ਲੇ ਸਭ ਤੋਂ ਸੋਹਣੀਆਂ ਕੋਟੀਆਂ ਲਿਆ ਕੇ ਦਿੱਤੀਆਂ ਨੇ ਇਸ ਦੇ ਬਦਲੇ ਤੁਸੀਂ ਮੇਰੇ ਲਈ ਆਪਣੇ ਲਈ ਤੇ ਆਪਣੇ ਘਰਦਿਆਂ ਲਈ ਸਭ ਤੋਂ ਸੋਹਣੇ ਨੰਬਰ ਲੈਣ ਦੀ ਕੋਸ਼ਿਸ਼ ਕਰਨਾ ਬੱਚਿਓ ਦੇਖੋ ਅਸੀਂ ਮਦਦ ਕਿਸੇ ਵੀ ਰੂਪ ਵਿੱਚ ਕਰ ਸਕਦੇ ਹਾਂ ਰਸਤੇ ਦੇ ਵਿੱਚ ਕੋਈ ਤੁਰਿਆ ਜਾਂਦਾ ਹੈ ਉਸ ਦੀ ਉਂਗਲੀ ਫੜ ਕੇ ਵੀ ਮਦਦ ਕਰ ਸਕਦੇ ਹਾਂ ਆਰਥਿਕ ਰੂਪ ਵਿੱਚ ਵੀ ਮਦਦ ਕਰ ਸਕਦੇ ਹਾਂ ਠੀਕ ਹੈ ਤੇ ਕਿਸੇ ਨੂੰ ਦੁੱਖ ਤਕਲੀਫ ਹੈ ਤਾਂ ਉਸ ਨੂੰ ਦਲਾਸਾ ਦੇ ਕੇ ਵੀ ਅਸੀਂ ਕਰ ਸਕਦੇ ਹਾਂ ਵੀ ਚੰਗੇ ਦਿਨ ਆਣਗੇ ਅਸੀਂ ਹਰ ਢੰਗ ਨਾਲ ਕਿਸੇ ਦੀ ਮਦਦ ਕਰ ਸਕਦੇ ਹਾਂ ਠੀਕ ਹੈ ਬਜ਼ੁਰਗ ਦੀ ਛੋਟੇ ਬੱਚੇ ਨੂੰ ਰੋ ਰਿਹਾ ਤਾਂ ਤੁਹਾਡੇ ਭੈਣ ਭਰਾ ਛੋਟੇ ਘਰ ਚ ਹੋ ਸਕਦੇ ਆ ਮਾਤਾ ਪਿਤਾ ਤੁਹਾਡੇ ਕੰਮ ਕਰਦੇ ਆ ਤਾਂ ਉਹ ਛੋਟੇ ਬੱਚੇ ਨੂੰ ਤੁਸੀਂ ਨਾਲ ਖੇਡ ਕੇ ਮਦਦ ਕਰ ਸਕਦੇ ਹੋ ਠੀਕ ਹੈ ਕੋਈ ਉਂਗਲੀ ਪੜ ਕੇ ਤੁਸੀਂ ਸੜਕ ਪਾਰ ਕਰਾਣੇ ਆ ਜਾਂ ਬਜ਼ੁਰਗ ਹੈ ਜਾਂ ਗਰੀਬ ਦੀ ਮਦਦ ਕਿਸੇ ਵੀ ਰੂਪ ਚ ਮਦਦ ਤੁਹਾਨੂੰ ਕਰਨੀ ਚਾਹੀਦੀ ਹੈ ਜੋ ਤੁਹਾਨੂੰ ਲੱਗਦਾ ਜੋ ਤੁਸੀਂ ਕਰ ਸਕਦੇ ਆ ਠੀਕ ਹੈ ਬੱਚਿਓ ਹੁਣ ਮੈਂ ਤੁਹਾਨੂੰ ਕਵਿਤਾ ਸੁਣਾਵਾਂਗੀ ਉਹ ਤੁਸੀਂ ਸੁਣੋ ਇਸੇ ਪਾਠ ਦੇ ਵਿੱਚ ਹੈ ਸਹਿਯੋਗ ਦੇ ਵਿੱਚ ਇਹ ਮੰਮੀ ਰੋਟੀ ਬਣਾਉਂਦੀ ਹੈ ਭਾਂਡੇ ਮੈਂ ਫੜਾਉਂਦਾ ਹਾਂ ਦੇਖੋ ਇਸ ਵਿੱਚ ਵੀ ਮਦਦ ਦੀ ਗੱਲ ਹੀ ਕੀਤੀ ਗਈ ਹੈ ਕਿਵੇਂ ਚੰਗੇ ਕਿਵੇਂ ਬਣਨਾ ਤੇ ਮਦਦ ਕਿਵੇਂ ਕੀਤੀ ਜਾ ਸਕਦੀ ਹੈ ਡੇਡੀ ਕੰਮ ਤੋਂ ਆਉਂਦੇ ਨੇ ਪਾਣੀ ਮੈਂ ਲਿਆਉਂਦਾ ਹਾਂ ਪਾਪਾ ਖੁਸ਼ ਹੋ ਜਾਂਦੇ ਨੇ ਫਿਰ ਕੰਡੇੜੇ ਚੜਦਾ ਹਾਂ ਮੈਂ ਇੰਜ ਸਹਿਯੋਗ ਕਰਦਾ ਹਾਂ ਦਾਦਾ ਜੀ ਨੇ ਕਿਤੇ ਜਾਣਾ ਹੋਵੇ ਸਿਰ ਵਿੱਚ ਤੇਲ ਲਗਾਉਣਾ ਹੋਵੇ ਨਵਾਂ ਸੂਟ ਕੋਈ ਪਾਣਾ ਹੋਵੇ ਮੈਂ ਲਿਆ ਕੇ ਕੋਲੋਂ ਕੋਲੇ ਧਰਦਾ ਹਾਂ ਮੈਂ ਇੰਜ ਸਹਿਯੋਗ ਕਰਦਾ ਹਾਂ ਅਧਿਆਪਕ ਨੇ ਕੁਝ ਸਿਖਾਉਣਾ ਹੋਵੇ ਸਾਨੂੰ ਪੜ੍ਹਨੇ ਪਉਣਾ ਹੋਵੇ ਕੰਮ ਚੈੱਕ ਕਰਵਾਉਣਾ ਹੋਵੇ ਜਾਂ ਪੜ੍ਹ ਕੇ ਕੁਝ ਸੁਣਾਉਣਾ ਹੋਵੇ ਮੈਂ ਉੱਚੀ ਉੱਚੀ ਪੜ੍ਹਦਾ ਹਾਂ ਮੈਂ ਇੰਜ ਸਹਿਯੋਗ ਕਰਦਾ ਹਾਂ ਕਰਦਾ ਹੋਵੇ ਬੇਗਾਨਾ ਹੋਵੇ ਚਾਚਾ ਤਾਇਆ ਮਾਮਾ ਹੋਵੇ ਮੈਂ ਗੱਲ ਕਿਸੇ ਦੀ ਮੋੜਾ ਨਾ ਕਿਸੇ ਦਾ ਵੀ ਦਿਲ ਤੋੜਾ ਨਾ ਜੋ ਰਾਤ ਸਿਆਏ ਗੁਰੂਆਂ ਨੇ ਮੈਂ ਪੌੜੀ-ਪੌੜੀ ਚੜਦਾ ਹਾਂ ਮੈਂ ਇੰਜ ਸਹਯੋਗ ਕਰਦਾ ਹਾਂ ਬੱਚਿਓ ਦੇਖੋ ਇਸ ਕਵਤਾ ਵਿੱਚ ਵੀ ਸਾਨੂੰ ਕਿਵੇਂ ਸਹਯੋਗ ਕਰਨਾ ਚਾਹੀਦਾ ਉਹ ਦੱਸਿਆ ਤੁਸੀਂ ਬੜੇ ਹੀ ਧਿਆਨ ਨਾਲ ਇਹ ਪਾਠ ਸਹਿਯੋਗ ਸੁਣਿਆ ਹੋਏਗਾ ਤੁਸੀਂ ਸਹਿਯੋਗ ਕਰਦੇ ਰਹੋਗੇ ਚੰਗੇ ਬਣਦੇ ਰਹੋਗੇ ਮਦਦ ਵੀ ਕਰਦੇ ਰਹੋਗੇ ਅੱਛੇ ਬੱਚੇ ਬਣੋਗੇ ਧੰਨਵਾਦ ਜੀ